ਜਾਂਦੇ ਆ ਕੰਪੇਨਿੰਗ ਵਗੈਰਾ ਕਰਨ ਵਾਸਤੇ ਲੋਕ ਖੱਡਿਆਂ ਦੀ ਪੂਰੀ ਕੰਪਲੇਂਟ ਕਰ ਰਹੇ ਆ 2016 ਤੋਂ ਲੈ ਕੇ ਹੁਣ ਤੱਕ ਕੋਈ ਲੁੱਕ ਵਗੈਰਾ ਦਾ ਨਿਰਮਾਣ ਨਹੀਂ ਹੋਇਆ ਹੈਗਾ ਦੇਖੋ ਸੰਤਪੁਰਾ ਰੋਡ ਤੇ ਵੀ ਪਾਣੀ ਦਾ ਕੋਈ ਨਿਕਾਸ ਨਹੀਂ ਬਰਸਾਤ ਵਗੈਰਾ ਆ ਜਾਂਦੀ ਹੈ ਜਦੋਂ ਫੁੱਲ ਪਾਣੀ ਭਰ ਜਾਂਦਾ ਹੈ ਬੱਚੇ ਵੀ ਬਿਮਾਰ ਹੋ ਜਾਂਦੇ ਆ ਬਿਮਾਰੀਆਂ ਲੱਗ ਜਾਂਦੀਆਂ ਮੇਨ GT ਰੋਡ ਦੇ ਨੇੜੇ ਦੇਖੋ ਮੱਛੀਆਂ ਦੀ ਮਾਰਕੀਟ ਬਣੀ ਹੋਈ ਹੈ ਤੇ ਉੱਥੇ ਲੋਕ ਰਾਤ ਨੂੰ ਡਰਿੰਕ ਵਗੈਰਾ ਕਰਦੇ ਆ ਤੇ ਲੇਡੀਜ਼ ਨੂੰ ਤੇ ਲੜਕੀਆਂ ਨੂੰ ਤਾਂ ਬਹੁਤ ਹੀ ਜ਼ਿਆਦਾ ਇਸ ਤੋਂ ਤਕਲੀਫ ਹੈ ਰਾਤ ਨੂੰ ਵੀ ਆਉਣਾ ਬੱਚਿਆਂ ਨੇ ਟਿਊਸ਼ਨਾਂ ਵਗੈਰਾ ਤੋਂ ਆਉਂਦੀਆਂ ਲੜਕੀਆਂ ਜਦੋਂ ਉਹਨਾਂ ਨੂੰ ਬਹੁਤ ਦਿੱਕਤ ਹੁੰਦੀ ਹੈ ਰਸਤੇ ਦੇ ਵਿੱਚ ਡਰਿੰਕ ਕਰਕੇ ਲੋਕ ਪੂਰਾ ਹੱਲਾ ਮਚਾ ਰਹੇ ਹੁੰਦੇ ਆ ਤੇ ਪੂਰੇ ਰਸਤੇ ਨੂੰ ਕਵਰ ਕਰਕੇ ਬੈਠੇ ਹੁੰਦੇ ਆ ਲੇਡੀਜ਼ ਮਾਮੋਲ ਦੇ ਕੋਲੋਂ ਵੀ ਜਾਂਦੀ ਹੈ ਲੇਡੀਜ਼ ਤਾਂ ਵੀ ਸੇਫ ਨਹੀਂ ਕੋਈ ਸਿਕਿਉਰਿਟੀ ਦਾ ਸਿਸਟਮ ਨਹੀਂ ਕਰਵਾਇਆ ਇੱਥੇ ਸਿਕਿਉਰਿਟੀ ਹੋਣੀ ਜ਼ਰੂਰੀ ਹੈ ਇੱਥੇ ਲੇਡੀਜ਼ ਬਸ ਚੋਰੀਆਂ ਬਹੁਤ ਹੁਣ ਦੇਖੋ ਮਹੀਨੇ ਦੀਆਂ ਇੱਕ ਪੂਰੀ ਚੋਰੀਆਂ ਦੀ ਵਾਰਦਾਤ ਹੋ ਰਹੀ ਹੈ ਦੇਖੋ ਹਰ ਜਗ੍ਹਾ ਤੇ ਚੋਰੀਆਂ ਦਾ ਪੂਰੀ ਕੰਪਲੇਂਟ ਚੱਲੀ ਜਾਂਦੀ ਹੈ ਚੋਰੀਆਂ ਰਾਤ ਨੂੰ ਦਿਨੇ ਚੈਨਲ ਵਗੈਰਾ ਲੇਡੀ ਦੇ ਛਿਨ ਕੇ ਲੈ ਜਾਂਦੇ ਆ ਤੇ ਕੋਈ ਇਹਨਾਂ ਦੇ ਉੱਪਰ ਕਾਰਵਾਈ ਨਹੀਂ ਹੋ ਰਹੀ CCTV ਕੈਮਰੇ ਵਗੈਰਾ ਵੀ ਲਗਵਾਏ ਜਾਣ ਤੇ ਨਾ ਕੋਈ ਇਹਨਾਂ ਨੇ ਲਗਵਾਇਆ ਹੈ ਅੱਜ ਤੱਕ ਦੇਖੋ ਮੇਰੇ ਵਾਰਡ ਦੇ ਪੰਚਵਟੀ ਨਗਰ ਦੇ ਵਿੱਚ ਨਗਰ ਦੇ ਸਾਰੇ ਦੇਖੋ ਮੇਰੇ ਭੈਣ ਭਰਾਵਾਂ ਨੇ ਪੈਸਾ ਇਕੱਠਾ ਕਰਕੇ ਅਸੀਂ ਆਪਦੇ ਗੇਟ ਲਗਵਾਏ ਕੋਈ ਸਿਕਿਉਰਿਟੀ ਦਾ ਸਿਸਟਮ ਨਹੀਂ ਸੀ ਆਪ ਖੁਦ ਸਿਕਿਉਰਿਟੀ ਦਾ ਸਿਸਟਮ ਬਣਾਇਆ ਮੈਂ ਕਮਲੇਸ਼ ਰਾਣੀ ਨੂੰ ਚੈਲੰਜ ਕਰਦੀ ਹਾਂ ਕਿ 17 ਤਾਰੀਖ ਨੂੰ 17 ਫਰਵਰੀ ਨੂੰ ਰਿਜ਼ਲਟ ਆਉਣ ਤੋਂ ਬਾਅਦ ਜਿੱਤ ਕੇ ਤੇ ਮੈਂ ਆਪਦੇ 49 ਨੰਬਰ ਵਾਰਡ ਦਾ ਪਹਿਲੇ ਆਧਾਰ ਤੇ ਕੰਮ ਕਰਾਉਂਗੀ ਚਾਹੇ ਮੱਛੀ ਮਾਰਨ GT ਰੋਡ ਦਾ ਮੱਛੀ ਦਾ ਜੋ ਇਹਨਾਂ ਨੇ ਅੱਡੇ ਲਗਾ ਰੱਖਿਆ ਡਰਿੰਕ ਵਗੈਰਾ ਦੇ ਇਹਨਾਂ ਦੇ ਚਾਹੇ ਸਿਕਿਉਰਿਟੀ ਦਾ ਕੋਈ ਕੈਮਰਿਆਂ ਦਾ ਵਗੈਰਾ ਦਾ ਆਪਦੀਆਂ ਭੈਣਾਂ ਵਾਸਤੇ ਤੇ ਸੜਕਾਂ ਦਾ ਵਿਕਾਸ ਕਰਵਾਉਂਗੀ ਪਹਿਲੇ ਆਧਾਰ ਤੇ ਸਾਰੇ ਕੰਮ ਕਰਵਾਉਂਗੀ ਪਾਣੀ ਦੀ ਨਿਕਾਸੀ ਵਾਸਤੇ ਵੀ ਸਾਰਾ ਪਹਿਲਾਂ ਹੀ ਆਧਾਰ ਤੇ ਕੰਮ ਕਰਵਾਵਾਂਗੀ ਅਗਰ ਆਪਣੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਤਾ ਹੈ ਤੋ ਇਸੇ ਸਬਸਕ੍ਰਾਈਬ ਕਰ ਲੇ